ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਮਾਰਨਿੰਗ ਬੈਕਅਪ ਰੂਟੀਨ। ਅਤੇ 5:30 ਦਾ ਟਾਈਮ ਹੋਇਆ, ਸਭ ਤੋਂ ਪਹਿਲਾਂ ਉੱਠ ਕੇ ਅਤੇ ਮੈਂ ਗਰਮ ਪਾਣੀ ਪੀਂਦੀ ਹੁੰਦੀ ਹਾਂ। ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਬਾਹਰ, ਨਹੀਂ ਤਾਂ ਇਸ ਟਾਈਮ ਤੱਕ ਅਸੀਂ ਇਸ਼ਨਾਨ ਕਰਕੇ ਗੁਰਦੁਆਰੇ ਸਾਹਿਬ ਚਲੇ ਜਾਈਦਾ। ਅਤੇ ਜਦੋਂ ਮੌਸਮ ਖਰਾਬ ਹੋਵੇ ਤਾਂ ਫਿਰ ਉੱਠਣ ਨੂੰ ਥੋੜ੍ਹੀ ਪਰੇਸ਼ਾਨੀ ਹੋ ਜਾਂਦੀ ਕਿ ਚਲੋ ਰੋਕ ਕੇ ਚਲੇ ਜਾਵਾਂਗੇ। ਅਤੇ ਤੈਨੂੰ ਵੀ ਸੁੱਤਾ ਹੋਇਆ, ਇਹ ਵੀ ਨਹੀਂ ਉੱਠਣ ਡਿਆ, ਕਹਿੰਦਾ ਮੈਨੂੰ ਤਾਂ ਠਾਇਓ ਨਾ, ਮੀਂਹ ਆਉਣ ਡਿਆ ਅਤੇ ਮੈਂ ਸੌਣਾ। ਮੈਂ ਕਿਹਾ ਚੱਲ ਤੂੰ ਸੁੱਤਾ ਰਹਿ ਫਿਰ। ਅਤੇ ਅਜੇ ਬਾਹਰ ਮੌਸਮ ਬਹੁਤ ਖਰਾਬ ਹੈ, ਤੁਹਾਨੂੰ ਮੈਂ ਦਿਖਾਉਂਦੀ ਹਾਂ। ਪਹਿਲਾਂ ਪਾਣੀ ਪੀ ਲਾਂ। ਪਾਣੀ ਸਵੇਰ ਨੂੰ ਗਰਮ ਜ਼ਰੂਰ ਪੀਣਾ ਚਾਹੀਦਾ, ਪੇਟ ਵਾਸਤੇ ਵਧੀਆ ਹੁੰਦਾ, ਵੇਟ ਲੋਸ ਵਾਸਤੇ ਵੀ ਵਧੀਆ ਹੁੰਦੀ ਆ, ਕਈ ਸਾਰੀਆਂ ਬਿਮਾਰੀਆਂ ਦੇ ਨਾਲ ਦੂਰ ਹੁੰਦੀਆਂ। ਅਤੇ ਚਲੋ ਜੀ, ਗਰਮ ਪਾਣੀ ਪੀਣ ਤੋਂ ਬਾਅਦ ਅਤੇ ਤੁਹਾਨੂੰ ਮੈਂ ਬਾਹਰ ਦਾ ਵਿਊ ਦਿਖਾਉਂਦੀ ਹਾਂ ਥੋੜ੍ਹਾ। ਅਤੇ 5:30 ਵਜੇ ਤੱਕ ਥੋੜ੍ਹਾ ਦਿਨ ਨਿਕਲ ਆਉਂਦਾ ਕਾਫੀ ਸਾਰਾ, ਲੇਕਿਨ ਅੱਜ ਥੋੜ੍ਹਾ ਬੱਦਲ ਦਾ ਕਰਕੇ ਨਾ ਥੋੜ੍ਹਾ ਥੋੜ੍ਹਾ ਹਨੇਰਾ ਹੋਇਆ ਆ, ਅਤੇ ਤਾਂ ਕਰਕੇ ਅਸੀਂ ਥੋੜ੍ਹਾ ਜਿਹਾ ਅੱਜ ਉੱਠਣ ਨੂੰ ਵੀ ਲੇਟ ਹੋ ਗਏ। ਬਾਕੀ ਤੁਹਾਨੂੰ ਸਾਡੀ ਜਦ ਦੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਆ ਵੇਖੋ ਜੀ, ਬਾਹਰ ਬਹੁਤ ਜ਼ਿਆਦਾ ਬੱਦਲ ਚੜ੍ਹਿਆ ਅਤੇ ਨਾਲ ਹੀ ਹਵਾ ਚੱਲਣ ਡਈ, ਇੱਦਾਂ ਲੱਗਦਾ ਕਿ ਹਨੇਰੀ ਜੀ ਆਉਣੀ ਆ। ਵੈਸੇ ਅਜੇ ਮੀਂਹ ਦੀ ਤਾਂ ਕੋਈ ਲੋੜ ਨਹੀਂ, ਲੋਕਾਂ ਦੀਆਂ ਅਜੇ ਫਸਲਾਂ ਵੀ ਚੰਗੀ ਤਰ੍ਹਾਂ ਸਾਂਭੀਆਂ ਨਹੀਂ ਗਈਆਂ। ਕਿਸੇ ਕਿਸੇ ਨੇ ਤਾਂ ਸਾਂਭ ਲੀਆਂ, ਤੂੜੀਆਂ ਵੀ ਪਾ ਲਈਆਂ, ਪਰ ਅੱਜ ਕਈਆਂ ਲੋਕਾਂ ਦੀਆਂ ਤਾਂ ਅਜੇ ਬਾਹਰ ਹੀ ਪਈਆਂ ਫਸਲਾਂ। ਇਹ ਕਿੰਨੀਆਂ ਕਾਲੀਆਂ ਘਟਾਵਾਂ ਚੜ੍ਹੀਆਂ ਆ, ਬੱਦਲ ਵੀ ਚਮਕਣ ਡਿਆ ਬਹੁਤ ਜ਼ਿਆਦਾ, ਅਤੇ ਕਾਫੀ ਮੌਸਮ ਖਰਾਬ ਹੋ ਗਿਆ। ਇੱਦਾਂ ਲੱਗਦਾ ਕਿ ਬਸ 2-4 ਮਿੰਟ 'ਚ ਮੀਂਹ ਆ ਹੀ ਜਾਣਾ ਆ, ਅਤੇ ਹਵਾ ਵੀ ਕਾਫੀ ਤੇਜ਼ ਚੱਲਣ ਡਈ ਆ। ਅਤੇ ਜਿਹੜਾ ਛੋਟਾ ਮੋਟਾ ਸਮਾਨ ਸੀ ਸਾਂਭਣ ਵਾਲਾ, ਜਿੱਦਾਂ ਸਾਬਣ ਹੋ ਗਿਆ, ਸਰਫ ਬਾਹਰ ਪਈ ਸੀ, ਮੰਜੇ, ਕੱਪੜੇ ਅਤੇ ਚੁੱਲ੍ਹਾ ਢੱਕਣ ਵਾਲਾ, ਇਹ ਸਾਰੇ ਕੰਮ ਨਿਪਟਾ ਲਿਆ ਮੈਂ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ, ਤਾਂ ਕਿ ਬਾਹਰ ਚੀਜ਼ਾਂ ਨਾ ਭੇਜ ਜਾਣ। ਲਓ ਜੀ, ਹੁਣ ਮੈਂ ਫੇਸ ਵਾਸ਼ ਕਰ ਲੈਂਦੀ, ਉਸ ਤੋਂ ਬਾਅਦ ਮੈਂ ਬ੍ਰੱਸ਼ ਕਰੂੰਗੀ। ਵੈਸੇ ਤਾਂ ਸਾਰੇ ਲੋਕਡਾਊਨ ਹੈਗਾ ਹੀ ਆ, ਤੁਹਾਨੂੰ ਪਤਾ ਹੀ ਹੈ, ਲੇਕਿਨ ਸਵੇਰ ਨੂੰ ਜਿਹੜੇ ਦੁੱਧ ਵਾਲੇ ਗੱਡੀਆਂ ਆ ਜਾਂ ਫਿਰ ਕੋਈ ਫਸਲ ਵਾਲੀ ਸਮਾਨ ਵਾਲੀ, ਇਹ ਸਭ ਗੱਡੀਆਂ ਟਰੱਕ ਟਰਾਲੀਆਂ ਰੋਡ 'ਤੇ ਜਾਂਦੇ ਰਹਿੰਦੇ ਅਤੇ ਕਾਫੀ ਸਾਰੀ ਆਵਾਜ਼ ਆਉਂਦੀ ਰਹਿੰਦੀ ਆ। ਤੁਸੀਂ ਵੇਖਣ ਡਿਆ ਉਹਨੇ ਪਿੱਛੇ ਰੋਡ 'ਤੇ ਸਵਾਰੀਆਂ ਚੱਲਣ ਡੀਆਂ, ਜਾਂ ਦੁੱਧ ਵਾਲੇ ਆ ਜਾਂ ਸਬਜ਼ੀਆਂ ਵਾਲੇ ਆ, ਇਸ ਤੋਂ ਬਾਅਦ ਜਾਂ ਕਿਸੇ ਦੀ ਫਸਲ ਲੈ ਕੇ ਜਾਣੀ ਮੰਡੀ ਵਿੱਚ, ਉਹ ਜਾਂਦੇ ਟਰੱਕ ਜਾਂ ਸਮਾਨ ਇੱਧਰ ਉੱਧਰ, ਚੌਲ ਕਣਕ ਲੈ ਕੇ ਜਾਣੀ ਆ, ਅਤੇ ਦੁੱਧ ਦਹੀਂ ਵਾਲੀਆਂ ਗੱਡੀਆਂ, ਇਹ ਸਾਰੀਆਂ ਗੱਡੀਆਂ ਤਾਂ ਰੋਡ 'ਤੇ ਚੱਲਦੀਆਂ ਰਹਿੰਦੀਆਂ, ਅਤੇ ਛੋਟੇ ਮੋਟੇ ਜਿਨ੍ਹਾਂ ਨੇ ਲਾਗੇ ਬੰਨੇ ਜਾਣਾ ਹੁੰਦਾ ਅਤੇ ਉਹ ਵੀ ਜਾਂਦੇ ਰਹਿੰਦੇ ਆ, ਬਾਕੀ ਹੋਰ ਕੋਈ ਚੀਜ਼ ਨਹੀਂ ਚੱਲਦੀ, ਬਸ ਆ ਜਿਹੜਾ ਖਾਣ ਪੀਣ ਦਾ ਸਮਾਨ ਇਹ ਹੀ ਜਾਂਦਾ ਇੱਧਰੋਂ ਉੱਧਰੋਂ। ਅਤੇ ਹੌਲੀ ਹੌਲੀ ਕਰਦਿਆਂ ਥੋੜ੍ਹਾ ਦਿਨ ਵੀ ਨਿਕਲ ਆਇਆ ਅਤੇ ਬੱਦਲ ਦੇ ਨਾਲ ਅਜੇ ਥੋੜ੍ਹਾ ਥੋੜ੍ਹਾ ਹਨੇਰਾ ਹੀ ਆ, ਨਹੀਂ ਤਾਂ ਵੈਸੇ ਕਾਫੀ ਜ਼ਿਆਦਾ ਦਿਨ ਚੜ੍ਹ ਜਾਂਦਾ। ਅਤੇ ਅੱਜ ਅਸੀਂ ਵੈਸੇ ਲੇਟ ਹੀ ਹੋ ਗਏ ਹਾਂ ਬੱਦਲਾਂ ਦਾ ਕਰਕੇ, ਅਤੇ ਤੁਹਾਨੂੰ ਤਾਂ ਪਤਾ ਹੀ ਹੈ ਜਦੋਂ ਬੱਦਲ ਹੋਵੇ ਮੌਸਮ ਖਰਾਬ ਹੋਇਆ ਤਾਂ ਫਿਰ ਉਹਨੂੰ ਉੱਠਣ ਨੂੰ ਵੀ ਜੀ ਨਹੀਂ ਕਰਦਾ। ਲਓ ਜੀ, ਹੁਣ ਮੈਂ ਬ੍ਰੱਸ਼ ਕਰ ਲੈਂਦੀ ਹਾਂ। ਕੁੱਤਾ ਵੀ ਲਾਗੇ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਡਿਆ ਕਿ ਮੈਨੂੰ ਖੋਲ੍ਹ ਕੇ ਛੱਡ ਦਿਉ, ਤਾਂ ਜੇ ਇਹਨੂੰ ਖੋਲ੍ਹਣਾ ਨਹੀਂ ਆ, ਇਹਨੇ ਭੱਜੇ ਫਿਰਨਾ, ਉਹ ਤਾਂ ਤੈਨੂੰ ਉੱਠੂਗਾ ਅਤੇ ਫਿਰ ਹੀ ਇਹਨੂੰ ਲੈ ਕੇ ਜਾਊਂਗਾ। ਇਹ ਰਾਤ ਆ ਇਹਨੇ ਰੌਲਾ ਪਾਇਆ ਹੋਇਆ ਕਿ ਮੈਨੂੰ ਬਾਹਰ ਛੱਡ ਦਿਉ।
ਜਨਮ ਵੀ ਇੱਧਰ ਕਾਫੀ ਚੜ ਆਇਆ। 15-20 ਮਿੰਟ ਬਾਅਦ ਦੀ ਵੀਡੀਓ ਆ ਤੁਹਾਨੂੰ ਮੈਂ ਦਿਖਾਉਣ ਰਹੀ ਹਾਂ, ਅਤੇ ਇੱਕਦਮ ਸਰਾਟਾ ਜਿਹਾ ਆ ਕੇ ਤੇਜ਼ ਦਾ ਮੀਂਹ ਆ ਕੇ, ਅਤੇ ਹੁਣ ਥੋੜ੍ਹਾ ਰੁਕਿਆ ਹੋਇਆ ਆ ਮੀਂਹ। ਅਤੇ ਲਓ ਜੀ ਹੁਣ ਆਪਾਂ ਪਾਠ ਕਰ ਲੈਂਦੇ ਹਾਂ। ਅਤੇ ਚਲੋ ਜੀ ਪਾਠ ਕਰਨ ਤੋਂ ਬਾਅਦ ਮੈਂ ਚਾਹ ਬਣਾ ਲਈ ਹੈ, ਚਾਹ ਪੀ ਲਈ ਨੇ। ਤੁਹਾਨੂੰ ਅਜੇ ਸੁੱਤਾ ਹੋਇਆ ਅਤੇ ਮੱਛਰਦਾਨੀ ਮੈਂ ਲਾ ਦਿੱਤੀ ਹੈ, ਅਜੇ ਅਸੀਂ ਬਰਾਂਡੇ ਵਿੱਚ ਮੱਛਰਦਾਨੀ ਲਾਈ ਸੀ ਕਿਉਂਕਿ ਬਾਹਰ ਮੌਸਮ ਖਰਾਬ ਹੋ ਗਿਆ ਹੈ, ਮੱਛਰ ਬਹੁਤ ਜ਼ਿਆਦਾ ਇੱਥੇ ਹੁੰਦਾ ਅਤੇ ਟੀਨਾਂ ਥੱਲੇ, ਫਿਰ ਅਸੀਂ ਮੱਛਰਦਾਨੀ ਲਾ ਦੇਈਦੀ ਆ। ਅਤੇ ਜਦੋਂ ਮੀਂਹ ਆਇਆ ਅਤੇ ਵਾਛੜ ਆ ਗਈ ਅਤੇ ਬਿਸਤਰਾ ਭਿੱਜਣ ਡਿਆ ਸੀ ਕਿਉਂਕਿ ਅਸੀਂ ਦਰਵਾਜ਼ੇ 'ਤੇ ਗਾੜੀ ਮੱਛਰਦਾਨੀ ਲਾਈ ਸੀ ਨਾ। ਅਤੇ ਫਿਰ ਮੈਂ ਮੱਛਰਦਾਨੀ ਲਾ ਕੇ ਤਾਂ ਮੰਜਾ ਸਾਈਡ ਨੂੰ ਕਰ ਦਿੱਤਾ ਅਤੇ ਆਪਣੇ ਮੰਜੇ ਦਾ ਬਿਸਤਰਾ ਚੁੱਕ ਦਿੱਤਾ ਸੀ ਮੈਂ। ਅਤੇ ਚਾਹ ਪੀਣ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਂਦੀ ਹਾਂ ਬਾਹਰ ਦਾ ਥੋੜ੍ਹਾ ਵਿਊ ਕਿ ਬਾਹਰ ਅਜੇ ਵੀ ਦੁਬਾਰਾ ਫਿਰ ਤੋਂ ਬਰਸਾਤ ਹੋਣਾ ਸ਼ੁਰੂ ਹੋ ਗਈ ਆ, ਹਲਕੀ ਹਲਕੀ ਬਾਰਿਸ਼ ਹੋਣ ਡਈ ਅਜੇ ਵੀ। ਸਵੇਰ ਦੇ ਹੁਣ 6:30 ਦਾ ਟਾਈਮ ਹੋਇਆ ਆ ਅਤੇ ਬੱਦਲ ਅਜੇ ਵੀ ਬਹੁਤ ਚੜਿਆ, ਸ਼ਾਇਦ ਹੋਰ ਹੋ ਸਕਦੀ ਹੈ, ਬਸ ਆ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਜਿਹੀਆਂ ਮਾੜੀਆਂ ਮਾੜੀਆਂ ਪੈਣ ਡਈਆਂ। ਅਤੇ ਕੁੱਤੇ ਨੂੰ ਬਾਹਰ ਘੁਮਾ ਕੇ ਲੈ ਕੇ ਆਏ ਆ ਪਾਠ ਕਰਨ ਤੋਂ ਬਾਅਦ। ਅਤੇ ਚਲੋ ਜੀ ਆਹ ਸੀ ਸਾਡਾ ਅੱਜ ਦਾ ਮੋਰਨਿੰਗ ਵੈਕ ਪ੍ਰੋਟੀਨ। ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ।